ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਸਾਡੇ ਪੰਜਾਬ ਦੀ ਆਨ ਬਾਨ ਸ਼ਾਨ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਤੁਸੀਂ ਸਾਰੇ ਮੈਂ ਵੀ ਕਹੂੰਗਾ ਅੱਜ ਦੇ ਮੇਨ ਗੈਸ ਤੁਸੀਂ ਸਾਰੇ ਹੋ ਤੁਹਾਡੇ ਆਪ ਸਭ ਦੇ ਲਈ ਅੱਜ ਬਹੁਤ ਹੀ ਖੁਸ਼ੀਆਂ ਵਾਲਾ ਦਿਨ ਹੈ ਆਪ ਸਭ ਦੇ ਜੀਵਨ ਦੇ ਵਿੱਚ ਤੇ ਆਪ ਸਭ ਨੂੰ ਦਿਲ ਦੀ ਗਹਿਰਾਈਆਂ ਤੋਂ ਮੁਬਾਰਕਬਾਦ ਪੰਜਾਬ ਮੁਰਤੋਂ ਜਿਹੜਾ ਰੰਗਲਾ ਪੰਜਾਬ ਹੈ ਜੋ ਸਾਡੇ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਸੀ ਮੈਂ ਹਰ ਰੋਜ਼ ਇਸ ਨੂੰ ਜੀਕੇ ਦੇਖ ਰਿਆਂ ਤੇ ਮੇਰੇ ਲਈ ਬੜੀ ਬਹੁਤ ਹੀ ਕਿਸਮਤ ਵਾਲੀ ਗੱਲ ਹੈ ਮੈਂ ਆਪਣੇ ਆਪ ਨੂੰ ਬਹੁਤ ਭਾਗਾਂ ਵਾਲਾ ਸਮਝਦਾ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਹੈ ਕਿ ਮੈਨੂੰ ਐਦਾਂ ਦੇ ਮੁੱਖ ਮੰਤਰੀ ਸਾਹਿਬ ਦੇ ਨਾਲ ਐਦਾਂ ਦੇ ਕੈਬਨਿਟ ਦੇ ਸਾਥੀਆਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਬਤੌਰ ਕੈਬਨਿਟ ਮੰਤਰੀ ਇੰਨੇ ਦਿਨ ਜਿਵੇਂ ਮੇਰੇ ਸਾਥੀ ਮੰਤਰੀ ਸਹਿਬਾਨਾ ਨੇ ਜੋ ਕਿਸੇ ਦੱਸੇ ਹੈ ਇਹ ਹਕੀਕਤ ਹੈ ਤੇ ਸਾਡੇ ਸਾਰਿਆਂ ਨਾਲ ਅਸੀਂ ਆਪ ਦੇਖਦੇ ਹਾਂ ਤੇ ਕੱਲਾ ਇਹ ਨਹੀਂ ਹਰ ਖੇਤਰ ਦੇ ਵਿੱਚ ਹਰ ਖੇਤਰ ਦੇ ਵਿੱਚ ਪੰਜਾਬ ਦੇ ਵਿੱਚ ਮੈਨੂੰ ਮੇਰੇ ਮੁੱਖ ਮੰਤਰੀ ਸਾਹਿਬ ਨੇ ਸਿੱਖਿਆ ਦਾ ਮਹਿਕਮਾ ਦਿੱਤਾ। ਅੱਜ ਤੋਂ ਪਹਿਲਾਂ ਤੁਹਾਨੂੰ ਪਤਾ ਕੀ ਹਾਲ ਸੀ ਜੀ ਧਰਨੇ ਵਾਲਾ ਮਹਿਕਮਾ ਪਰ ਪਿਛਲੇ ਡੇਢ ਸਾਲ ਦੇ ਵਿੱਚ ਇਹ ਮੁੱਖ ਮੰਤਰੀ ਸਾਹਿਬ ਦੀ ਯੋਗ ਅਗਵਾਈ ਹੈ ਕਿ ਹਰ ਰੋਜ਼ ਸਿੱਖਿਆ ਦੇ ਮਹਿਕਮੇ ਦੇ ਵਿੱਚੋਂ ਕੋਈ ਪੋਜ਼ੀਟਿਵ ਖਬਰ ਮਿਲਦੀ ਹੈ। ਅਸੀਂ ਇਸ ਤੋਂ ਪਹਿਲਾਂ 72 ਪ੍ਰਿੰਸੀਪਲਸ ਇਸ ਸਮਾਗਮ ਤੋਂ ਪਹਿਲਾਂ ਅੱਜ ਮੈਂ ਜੀ ਆਪ ਆਪਣੇ ਹੱਥੀਂ ਉਹਨਾਂ ਨੂੰ ਸਿੰਗਾਪੁਰ ਲਈ ਰਵਾਨਾ ਕਰਕੇ ਆ 72 ਪ੍ਰਿੰਸੀਪਲਸ ਹੁਣ ਤੱਕ ਡੇਢ ਸਾਲਾਂ ਦੇ ਵਿੱਚ 300 ਸਾਡੇ ਅਧਿਆਪਕ 200 ਪ੍ਰਿੰਸੀਪਲ 100 ਹੈਡਮਾਸਟਰ ਸਿੰਗਾਪੁਰ ਤੇ ਆਏ ਮੈਂਮਦਾਬਾਦ ਜਾ ਚੁੱਕੇ ਨੇ ਤੇ ਅਗਲੀਆਂ ਦੀ ਲਿਸਟ ਤਿਆਰ ਹੈ ਕੱਲੇ ਟੀਚਰਸ ਨੂੰ ਨਹੀਂ ਭੇਜਦੇ ਪੰਜਾਬ ਇਕਲੌਤਾ ਸੂਬਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਹੈ ਕਿ ਬੱਚਿਆਂ ਨੂੰ ਵੀ ਖੂਬ ਐਕਸਪੋਜ਼ਰ ਹੋਵੇ ਪੰਜਾਬ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਹਰ ਲਾਂਚ ਉਤੇ ਇਸਰੋ ਦੇ ਸ਼੍ਰੀ ਹਰੀਕੋਟਾ ਦੇ ਹਰ ਲਾਂਚ ਉਤੇ ਭੇਜਦਾ ਚਾਹੇ ਚੰਦਰਯਾਨ ਦਾ ਲਾਂਚ ਹੋਵੇ ਚਾਹੇ ਦਿੱਤੇ L1 ਦਾ ਚਾਹੇ PSLV ਦਾ ਪੰਜਾਬ ਹੀ ਇਕਲੌਤਾ ਸੁਭਾ ਜਿੱਦੇ ਸਰਕਾਰੀ ਸਕੂਲਾਂ ਦੇ ਬੱਚੇ ਜਾਂਦੇ ਤੇ ਤੁਹਾਨੂੰ ਪਤਾ ਹੈ ਪਿੱਛੇ ਜੇ ਪਾਨਯੋਗ ਮੁੱਖ ਮੰਤਰੀ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਅੰਮ੍ਰਿਤਸਰ ਦਾ ਜਿਹੜਾ ਪਹਿਲਾ ਸਕੂਲ ਆਫ ਫੈਮਿਨਿਅਨਸ ਹੈ ਤੁਸੀਂ ਸਭ ਨੇ ਉਸ ਦੀ ਤਸਵੀਰਾਂ ਜ਼ਰੂਰ ਦੇਖੀਆਂ ਹੋਣੀਆਂ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਤੁਹਾਡੇ ਵਿੱਚੋਂ ਅਗਰ ਉਹ ਸਕੂਲ ਜਾ ਕੇ ਜ਼ਰੂਰ ਦੇਖਿਓ ਇਹ ਸਾਡਾ ਓਪਨ ਚੈਲੰਜ ਹੈ ਜੀ ਸਾਡੀ ਸਰਕਾਰ ਦਾ ਪੰਜਾਬ ਦਾ ਕੋਈ ਵੀ ਪ੍ਰਾਈਵੇਟ ਸਕੂਲ ਉਸ ਸਕੂਲ ਦਾ ਮੁਕਾਬਲਾ ਨਹੀਂ ਕਰ ਸਕਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਸਰਕਾਰੀ ਸਕੂਲ ਹੈ ਮੈਂ ਦੇਖਿਆ ਬਹੁਤ ਸਾਰੇ ਐਮਐਸ ਵੀਰੇ ਵੀ ਅੱਜ ਪਹਿਲਾਂ ਵਾਲੇ ਸਮਾਗਮ 'ਚ ਬੋਲੇਆ ਬਹੁਤ ਸਾਰੇ ਕੋਈ ਕਹੀ ਜਾਂਦਾ ਜੇ ਉਦੋਂ ਦਾ ਬਣਿਆ ਤੁਹਾਨੂੰ ਮੈਂ ਕਿਹਾ ਜੀ ਜਨਵਰੀ 2023 ਤੋਂ ਪਹਿਲਾਂ ਉਸ ਸਕੂਲ ਦੀ ਇੱਕ ਕੋਈ ਤਸਵੀਰ ਦਿਖਾ ਦਊਗਾ ਕਿ ਉਦਾਂ ਦਾ ਸੀ ਜੋ ਕਹੋਗੇ ਦਿਓ ਮੈਂ ਉਸ ਸਕੂਲ ਦੇ ਵਿੱਚ ਜਦੋਂ ਪਹਿਲੀ ਵਾਰੀ ਗਿਆ ਜੀ ਇੱਕ ਸਾਲ ਪਹਿਲਾਂ ਉਹ ਸਕੂਲ ਨਹੀਂ ਉਹ ਜੰਗਲ ਲੱਗਦਾ ਸੀ ਹਰ ਪਾਸੇ ਮਿੱਟੀ ਕਮਰਿਆਂ ਨੇ ਤੇ ਅੱਜ ਉਹ ਪੰਜਾਬ ਦਾ ਸਭ ਤੋਂ ਸ਼ਾਨਦਾਰ ਸਕੂਲ ਹੈ ਦਿੱਲੀ ਤੋਂ মিডিਆ ਆਇਆ ਦਿੱਲੀ ਦਾ মিডিਆ ਆਇਆ ਵੱਡੇ ਵੱਡੇ ਚੈਨਲਾਂ ਦੇ মিডিਆ ਜਰਨਲਿਸਟ ਆਏ ਉਹ ਕਹਿੰਦੇ ਅਸੀਂ ਦਿੱਲੀ ਦੇ ਵੀ ਸਰਕਾਰੀ ਸਕੂਲ ਦੇਖੇ ਆ ਪਰ ਇਹ ਸਕੂਲ ਦਿੱਲੀ ਦੇ ਵੀ ਸਕੂਲਾਂ ਨਾਲੋਂ ਵਧੀਆ ਸਕੂਲ ਹੈ ਤੇ ਹੁਣ ਉਦਾਂ ਦੇ ਸਕੂਲ ਹਰ ਤੁਹਾਨੂੰ ਹਰ ਮਹੀਨੇ ਤੇ ਪੰਜਾਬ ਦੇ ਹਰ ਬੀਹਰ ਦੇ ਸਕੂਲਾਂ ਦੇ ਵਿੱਚ ਕਿਤੇ ਚਾਰ ਦੀਵਾਰੀ ਕਿਤੇ ਬਾਥਰੂਮ ਕਿਲੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕੋਈ ਵੀ ਬੱਚਾ ਜ਼ਮੀਨ ਤੇ ਨਹੀਂ ਬੈਠੂਗਾ ਪੰਜਾਬ ਦੇ ਵਿੱਚ ਹਰ ਤੀਜੇ ਸਕੂਲ ਦੇ ਵਿੱਚ ਚਾਰ ਦੀਵਾਰੀ ਨੂੰ ਤੁਸੀਂ ਵੀ ਪਿੰਡਾਂ ਵਾਲੇ ਹੋ ਤੁਹਾਨੂੰ ਪਤਾ ਕੀ ਹਾਲਾਤ ਨੇ ਹਰ ਸਕੂਲ ਦੇ ਵਿੱਚ ਅਸੀਂ ਵਾਈਫਾਈ ਦੇ ਰਹੇ ਹਾਂ ਇਸ ਕਰਕੇ ਸਿੱਖਿਆ ਕ੍ਰਾਂਤੀ ਜਿਵੇਂ ਚੱਲ ਰਹੀ ਹੈ ਉਹਦੇ ਵਿੱਚ ਹੀ ਸਾਡੇ ਮਹਿਕਮੇ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਪੀੜਿਤ ਵਰਗ ਸੀਗਾ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਨਾ ਜੋ ਕਮਿਟਮੈਂਟ ਸੀ 12710 ਟੀਚਰ ਜਿਹੜੇ ਵਿਚਾਰੇ 35550 ਹੁਣ ਉਹਨਾਂ ਨੂੰ ਜੀ ਤਨਖਾਹ ਮਿਲਦੀ ਹੈ 15000 18000 25000 ਮੈਨੂੰ ਕਈਆਂ ਦੀ ਵੀਡੀਓਜ਼ ਆਉਂਦੀ ਹੈ ਕਹਿੰਦੇ ਜਦੋਂ ਸਾਡੇ ਖਾਤੇ 'ਚ ਪੈਸੇ ਆਉਂਦੇ ਆ ਅਸੀਂ ਹਾਂਜੀ ਤੱਕ ਸਾਡੇ ਹੰਝੂ ਰੁਕਦੇ ਨਹੀਂ ਇੰਨਾ ਲੰਬਾ ਸੰਤਾਪ ਡਾਂਗਾ ਧਰਨੇ ਪਾਣੀ ਦੀ ਬੁਸ਼ਾਰਾ ਉਹਨਾਂ ਨੂੰ ਹੁਣ ਪੂਰੀ ਪੂਰੀ ਤਨਖਾਹ ਮਿਲਣੀ ਸ਼ੁਰੂ ਹੋ ਗਈ ਹੈ ਸਨਮਾਨ ਵੱਧ ਗਿਆ ਬਹੁਤ ਇੱਜ਼ਤ ਮਨੋਈ ਐਦਾਂ ਹੀ 10000 ਤੋਂ ਵੱਧ ਟੀਚਰ ਸਾਡੇ ਮਹਿਕਮੇ 'ਚ ਭਰਤੀ ਹੋਏ ਨੇ ਤੇ ਹਜ਼ਾਰਾਂ ਦੀ ਭਰਤੀ ਇਸ ਵਕਤ ਅਧੀਨ ਹੈ ਜਾਰੀ ਹੈ ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਫੈਸਰਸ ਲੈਕਚਰਰਸ ਮਾਸਟਰ ਕਾਰਡਰ ਪੀਟੀਆਈ ਡিপিਆਈ ਐਲੀਮੈਂਟਰੀ ਟੀਚਰ ਇਹਨਾਂ ਦੀ ਭਰਤੀ ਹੋਰ ਨਵੀਂ ਜਿਹੜੀ ਰਿਕਵਿਜ਼ੀਸ਼ਨ ਉਹ ਤਿਆਰ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਹਮੇਸ਼ਾ ਕਿਹਾ ਹੈ ਕਿ ਕੋਈ ਕੋਤਾਹੀ ਨਹੀਂ ਕੋਈ ਕੁਛ ਨਹੀਂ ਕੋਈ ਪੈਸੇ ਦੀ ਘਾਟ ਨਹੀਂ ਸਿੱਖਿਆ ਦੇ ਲਈ ਜੋ ਜੋ ਵੀ ਕਰਨਾ ਪਵੇ ਪੰਜਾਬ ਦੀ এডਿਕੇਸ਼ਨ ਸਿਸਟਮ ਨੂੰ ਠੀਕ ਕਰਨ ਦੇ ਲਈ ਉਹ ਆਪਾਂ ਕਰਨਾ ਤੇ ਇਸ ਕਰਕੇ ਬਹੁਤ ਸਾਰੀ ਓਪਰਚ्युनिटीज ਹੈ ਤੇ ਸਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਗਾ ਜਿਵੇਂ ਆਪ ਜੀ ਦਾ ਜੋ ਸੁਪਨਾ ਸੀਗਾ ਕਿ ਆਪਾਂ ਰਿਵਰਸ ਮਾਈਗ੍ਰੇਸ਼ਨ ਕਰਨੀ ਹੈ ਹੁਣ ਤੱਕ ਸਾਲ ਪਹਿਲਾਂ ਜਦੋਂ ਮੈਂ ਜਾਂਦਾ ਸੀ ਸਰ ਸਕੂਲ ਚ ਯਕੀਨ ਮੰਨਿਓ ਕਿਸੇ ਵੀ ਬੱਚੇ ਨੂੰ ਪੁੱਛਣਾ ਹਰ ਦੂਜੇ ਬੱਚੇ ਨੇ ਹੀ ਕਹਿਣਾ ਜੀ ਬਾਹਰ ਜਾਣਾ ਆਇਲਸ ਕਰਨੀਆਂ ਕੈਨੇਡਾ ਜਾਣਾ ਅਮਰੀਕਾ ਜਾਣਾ ਆਸਟ੍ਰੇਲੀਆ ਜਾਣਾ ਇੱਥੇ ਜਾਣਾ ਉੱਥੇ ਸਰ ਰਿਵਰਸ ਥੋੜੇ ਸਾਰੇ 36000 ਨੌਕਰੀਆਂ ਦੇ ਨਾਲ ਪੰਜਾਬ ਦੇ ਵਿੱਚ ਸਰ ਵਿਸ਼ਵਾਸ ਆ ਗਿਆ ਸਰ ਉਸ ਦਾ ਨਤੀਜਾ ਡਾਇਰੈਕਟਲੀ ਸਰ ਸਾਡੇ ਜਿਹੜਾ ਹਾਇਰ ਐਜੂਕੇਸ਼ਨ ਹੈ ਸਰ ਪੰਜਾਬ ਦੇ ਹਰ ਸਰਕਾਰੀ ਕਾਲਜ ਪੰਜਾਬ ਦੀ ਹਰ ਸਰਕਾਰੀ ਯੂਨੀਵਰਸਿਟੀ ਦਾਖਲੇ ਵਧ ਗਏ ਸਰ ਜੇ ਡੀ ਸਰ ਕਾਲਜ ਬੰਦ ਪਏ ਸੀ ਇੰਜੀਨੀਅਰਿੰਗ ਕਾਲਜ ਬੰਦ ਹੋਣ ਦੀ ਕਦਾਰ ਤੇ ਆ ਗਏ ਸੀ ਉਹ ਦੁਬਾਰਾ ਵੱਧ ਗਏ ਸਰ ਸਰ ਬਠਿੰਡੇ ਵਾਲੀ ਸਾਡੀ ਯੂਨੀਵਰਸਿਟੀ ਆ ਉੱਥੇ ਪਿਛਲੇ ਸਾਲ 2022 ਚ ਸਿਰਫ 700 ਬੱਚੇ ਐਡਮਿਟਸ ਇਸ ਵਾਰੀ 1300 ਬੱਚਿਆਂ ਨੇ ਦਾਖਲਾ ਤੇ ਸਰ ਜਾ ਰਹੀ ਹੈ ਤੇ ਮੈਂ ਸਾਰੇ ਵੀ ਸੀ ਸਹਿਬਾਨਾਂ ਨੂੰ ਪੁੱਛਿਆ ਮੈਂ ਕਿ ਇਸ ਦਾ ਵੱਡਾ ਕਾਰਨ ਕੀ ਦੱਸਦੇ ਹੋ ਤੁਸੀਂ ਉਹ ਕਹਿੰਦੇ ਜਿਹੜੀ ਜੀ ਨੌਕਰੀਆਂ ਦੇ ਨਾਲ ਬੱਚਿਆਂ 'ਚ ਕੌਨਫੀਡੈਂਸ ਆ ਕਿ ਪੰਜਾਬ ਦੇ ਵਿੱਚ ਵੀ ਓਪਰਚ्युनिटी ਮਿਲ ਸਕਦੀ ਹੈ ਇੱਕ ਬਹੁਤ ਚੰਗੀ ਸ਼ੁਰੂਆਤ ਹੈ ਸਰ ਤੇ ਸਾਰਾ ਪੰਜਾਬ ਬਤੌਰ ਪੰਜਾਬੀ ਹੋਂਦ ਦੇ ਨਾਤੇ ਵੀ ਮਾਪ ਜੀ ਦਾ ਧੰਨਵਾਦ ਕਰਦਾ ਹਾਂ ਤੇ ਹੁਣ ਆਪਾਂ ਸਾਰੇ ਬਿਕੋਜ਼ ਤੁਸੀਂ ਵੀ ਅੱਜ ਸਾਡੀ ਹੁਣ ਜਿਵੇਂ ਮੈਂ ਟੀਮ ਭਗਵੰਤ ਮਾਨ ਦਾ ਇੱਕ ਸਿਪਾਹੀ ਹਾਂ ਤੁਸੀਂ ਵੀ ਹੁਣ ਟੀਮ ਭਗਵੰਤ ਮਾਨ ਜੀ ਦੇ ਇੱਕ ਸਿਪਾਹੀ ਆਪਾਂ ਸਾਰਿਆਂ ਨੇ ਮਿਲ ਕੇ ਹੁਣ ਤੁਸੀਂ ਸਾਈਡ ਆ ਗਏ ਹੋ ਤੇ ਆਪਾਂ ਪੰਜਾਬ ਦੀ ਦਿਨ ਰਾਤ ਸੇਵਾ ਕਰਨੀ ਹੈ ਤੇ ਆਪਣੇ ਮੁੱਖ ਮੰਤਰੀ ਸਾਹਿਬ ਜੀ ਦਾ ਜੋ ਮਿਸ਼ਨ ਹੈ ਰੰਗਲਾ ਪੰਜਾਬ ਉਸ ਨੂੰ ਸਾਕਾਰ ਕਰਨ ਦੇ ਲਈ ਦਿਨ ਰਾਤ ਇਕ ਕਰਨਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਇੱਕ ਵਾਰੀ ਫੇਰ